ਦੇੜੀ ਗੰਦਗੀ ਰੋਜ਼ ਨਿਕਲਣੀ ਚਾਹੀਦੀ ਹੈ ਅਗਰ ਉਹ ਰੋਜ਼ ਨਾ ਨਿਕਲੇ ਜਾਂ ਦਵਾਈ ਦੀ ਸਿਹਤਨਾ ਨਿਕਲੇ ਜਾਂ ਸ਼ਕਤੀ ਨਾਲ ਨਿਕਲੇ ਤਾਂ ਉਹਨੂੰ ਕਹਿੰਦੇ ਜੀ ਕਬਜ ਹੋ ਗਈ ਕਬਜ ਨਾਲ ਅਨੇਕਾਂ ਬਿਮਾਰੀਆਂ ਲੱਗਦੀਆਂ ਜਿਨ੍ਹਾਂ ਚੋਂ ਕੈਂਸਰ ਮੈਨ ਹੈ ਪੇਟ 'ਚ ਗੈਸ ਵੀ ਬਣੂਗਾ ਕਈਆਂ ਦੇ ਤਜਾਬ ਬਣੂਗਾ ਢੱਡਾ ਵੀ ਸਾਫਰਾ ਰਹੂਗਾ ਬਦਾ ਆਜ਼ਮੀ ਹੋਊਗੀ ਬਦਬੋ ਮਾਰੂ ਜਦੋਂ ਕੋਲੇ ਬੈਠੂ ਕੋਈ ਬੰਦਾ ਤੋਦੇ ਵਾਸਤੇ ਜਾਂਤਾ ਦਵਾਈ ਦੇਣ ਦੇ ਕਬਜੀ ਲਿਹਾਉਣ ਵਾਸਤੇ ਉਹਦੇ ਨਾਲ ਫਿਰ ਦਵਾਈ ਨਾਲ ਮਾੜੇ ਅਸਰ ਹੁੰਦੇ ਆ ਖੰਡ ਤੜਕਾ ਮੀਟੰਡਾ ਮੱਛੀ ਨਸ਼ੇ ਚਾਹ ਕੌਫੀਆਂ ਬੰਦ ਕਰ ਦੋ ਤੇ ਇਹਦਾ ਅਸਲੀ ਇਲਾਜ ਜਿਹੜਾ ਹੈ ਪੱਕਾ ਉਹ ਖਰਾਕਤੀ ਆ ਅੰਨ ਜਿੰਨਾ ਵੀ ਖਾਣਾ ਉਹਦਾ ਸਿਲਕਾ ਵਿੱਚ ਹੋਵੇ ਸੂੜਾ ਵਿੱਚ ਹੋਵੇ ਜਿਨੂੰ ਕਬਜ਼ੀ ਹੋ ਚੁੱਕੀ ਹੈ ਉਹ ਪਾਣੀ ਖੋਸਾ ਪੀਵੇ ਰੋਟੀ ਦੇ ਨਾਲ ਭੁੱਲ ਕੇ ਵੀ ਪਾਣੀ ਨਾ ਪੀਵੇ ਕੋਈ ਵੀ ਖਾਣਾ ਖਾਣਾ ਹੈ ਖਾਣਾ ਖਾਣ ਤੋਂ ਫੌਰਨ ਬਾਅਦ ਕੁਛ ਚਿਰ ਤੁਰਨਾ ਹੈ ਤੇ ਰਾਤ ਨੂੰ ਸੱਜਾ ਪਾਸਾ ਉੱਪਰ ਕਰਕੇ ਪੈਣਾ ਹੈ ਕੀ ਰੋਟੀ ਖਾ ਕੇ ਸੱਜਾ ਹੱਥ ਹੈ ਇਹਨੂੰ ਢਿੱਡ ਦੇ ਉੱਤੇ ਐ ਕਲਾਕਵਾਈਜ਼ ਘੇੜੇ ਦੇ ਲੋ 27 ਵਾਰ ਦੇੜੇ ਘੇੜੇ ਦੇ ਲੋ ਛੋਟੀਆਂ ਨਾਲਾਂ ਜਿਹੜੀਆਂ ਸੁੱਤੀਆਂ ਪਈਆਂ ਨਾਲ ਨਿਲ ਘੁਕਣ ਲੱਗ ਜਾਣੀਆਂ ਜਿੰਨੀ ਗੰਦਗੀ ਉੱਪਰ ਇਕੱਠੀ ਹੋਏ ਸਭ ਥੱਲੇ ਜਾਓ ਤੇ ਥੱਲੇੋਂ ਬਾਹਰ ਨਿਕਲ ਜੂ ਰੋਟੀ ਖਾਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਤਾਂ ਘਰੇ ਦਾ ਹੱਲ ਕੀ ਹੈ ਵੀ ਕੋਈ ਵੀ ਸਬਜ਼ੀ ਲੈ ਕੇ ਉਹਦਾ ਰਸ ਕੱਢ ਕੇ ਪੀ ਲੋ ਜਿਹੜਾ ਗੁੱਦਾ ਪਾਸੇ ਕਰਕੇ ਰੱਖ ਲਓ ਹੁਣ ਜਿਹੜਾ ਆਟਾ ਗੁੰਨਣੇ ਇਸ ਗੁੱਦੇ 'ਚ ਗੁੰਨੋ ਤੇ ਇਹਦੇ ਵਿੱਚ ਹੀ ਕੋਈ ਹੋਰ ਕੱਚੀ ਸਬਜ਼ੀ ਕद्दूकस ਕਰਕੇ ਉਹ ਗੁੰਨ ਲੋ ਉਹਦੀ ਰੋਟੀ ਬਣਾਓ ਉਹ ਖਾਓ ਅਗਰ ਇਸ ਤਰ੍ਹਾਂ ਕਰੋਗੇ ਜ਼ਿੰਦਗੀ ਪਰ ਤੁਹਾਨੂੰ ਕਬਜ਼ੀ ਨਹੀਂ ਹੋਊਗੀ ਹੋ ਗਈ ਤਾਂ ਬਿਨਾਂ ਦਵਾਈ ਤੋਂ ਠੀਕ ਹੋ ਜਾਊਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨਵਰੀ ਸਿਵੀਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਪੰਜਾਬ ਨੇਚਰੋਪੈਥੀ ਹਸਪੀਟਲ ਭਦੌੜ ਪਹੁੰਚੇ ਆ ਤੁਹਾਡੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਐਮੀਅਤ ਰੱਖਦੇ ਆ ਮੇਰੇ ਨਾਲ ਨੇ ਡਾਕਟਰ ਗਰਮੇਲ ਸਿੰਘ ਵਿਰਕ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਅੱਜ ਆਪਾਂ ਗੱਲ ਕਰਨੀ ਆ ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਆਏ ਕਿ ਕਬਜ ਤੇ ਗੱਲ ਕਰੋ ਪਹਿਲਾਂ ਤਾਂ ਇਹ ਆ ਕਿ ਇਹਦੇ ਨੁਕਸਾਨ ਕੀ ਆ ਜੇ ਕਿਸੇ ਨੂੰ ਕੋਈ ਕਬਜ ਦੀ ਸਮੱਸਿਆ ਇਹਦੇ ਨਾਲ ਉਹਦੇ ਕਿਉਂਕਿ ਆਪਾਂ ਸੁਣਿਆ ਤਾਂ ਹੁਣ ਤੱਕ ਅਸੀਂ ਵੀ ਇਹੀ ਆ ਡਾਕਟਰਾਂ ਤੋਂ ਜਾਂ ਹੋਰ ਕਿ ਜੇ ਪੇਟ ਸਾਫ਼ ਨਹੀਂ ਹੁੰਦਾ ਬਿਮਾਰੀਆਂ ਦੀ ਜੜ ਆ ਇਹ ਬਹੁਤ ਵੱਡੀ ਸਮੱਸਿਆ ਆ ਆਪਦੇ ਆਪ ਚਾਹੀ ਕਬਜ ਨੂੰ ਅੰਗਰੇਜ਼ੀ ਚ ਕਨਸਟਿਪੇਸ਼ਨ ਕਹਿੰਦੇ ਆ ਪੰਜਾਬੀ ਚ ਕਹ ਲੋ ਕਿ ਜਿਹੜੀ ਗੰਦਗੀ ਰੋਜ਼ ਨਿਕਲਣੀ ਚਾਹੀਦੀ ਹੈ ਅਗਰ ਉਹ ਰੋਜ਼ ਨਾ ਨਿਕਲੇ ਜਾਂ ਦਵਾਈ ਦੀ ਸਹਤਣਾ ਨਿਕਲੇ ਜਾਂ ਸ਼ਕਤੀ ਨਾਲ ਨਿਕਲੇ ਤਾਂ ਉਹਨੂੰ ਕਹਿੰਦੇ ਜੀ ਕਬਜ ਹੋ ਗਈ ਕਬਜ ਨਾਲ ਅਨੇਕਾਂ ਬਿਮਾਰੀਆਂ ਲੱਗਦੀਆਂ ਜਿਨ੍ਹਾਂ ਚੋਂ ਕੈਂਸਰ ਮੈਨ ਹੈ ਕਿਸੇ ਨੂੰ ਗੁੱਦੇ ਦਾ ਕੈਂਸਰ ਹੈ ਕਿਸੇ ਨੂੰ ਗਦੂਦਾਂ ਦਾ ਕੈਂਸਰ ਹੋ ਜਾਂਦਾ ਹੈ ਕਿਸੇ ਨੂੰ ਵੱਡੀ ਆਂਤ ਦਾ ਕੈਂਸਰ ਕਿਸੇ ਨੂੰ ਛੋਟੀ ਆਂਤ ਦਾ ਕੈਂਸਰ ਕਿਉਂਕਿ ਜਿਹੜੀ ਗੰਦਗੀ 24 ਘੰਟੇ ਰੋਜ਼ ਨਿਕਲਣੀ ਚਾਹੀਦੀ ਹੈ ਅਗਰ ਜਦੋਂ ਨਹੀਂ ਨਿਕਲੂਗੀ ਤਾਂ ਗੰਦਗੀ ਨਾਲ ਖੂਨ ਕੰਦਾ ਹੋਣਾ ਤੇ ਗੰਦੇ ਖੂਨ ਨੇ ਜਿੱਥੇ-ਜਿੱਥੇ ਜਾਣਾ ਹੈ ਉੱਥੇ-ਉੱਥੇ ਉਸ ਨੇ ਗੰਦਗੀ ਫਲਾਉਣੀ ਹੈ ਬਵਾਸੀਰੇ ਇਹਦੇ ਨਾਲ ਹੋ ਜਾਂਦਾ ਹੈ ਜੇ ਕਿਸੇ ਬੰਦੇ ਨੂੰ ਲਗਾਤਾਰ ਕਬਜ਼ੀ ਹੈ ਤਾਂ ਉਹਦੇ ਮਰਦਾਨੀ ਅੰਗਾਂ 'ਚ ਵੀ ਫਰਕ ਪੈਂਦਾ ਹੈ ਉਹਦਾ ਪਿਸ਼ਾਬ ਵੀ ਘੱਟ ਵੱਧ ਰੁੱਕਿਆਊਗਾ ਤੇਜਾਬ ਗੈਸ ਜ਼ਿਆਦੇ ਬਣੂ ਕਬਜ਼ੇ ਦੇ ਨਾਲ ਪਥਰੀਆਂ ਜ਼ਿਆਦੇ ਬਣਦੀਆਂ ਕਿਸੇ ਨੂੰ ਪਿੱਤੇ ਦੀ ਪਥਰੀ ਕਿਸੇ ਨੂੰ ਗੁਰਦਿਆਂ ਦੀ ਪਥਰੀ ਨਹੀਂ ਬਿਮਾਰੀਆਂ ਤੇ ਨੇ ਅਨੇਕ ਐ ਪੇਟ 'ਚ ਗੈਸ ਵੀ ਬਣੂਗਾ ਕਈਆਂ ਦੇ ਤੇਜਾਬ ਬਣੂਗਾ ਢੱਡਾ ਵੀ ਸਾ ਅਫਰਾ ਰਹੂਗਾ ਬਦਾ ਹਜ਼ਮੀ ਹੋਊਗੀ ਬਦੋ ਮਾਰੂ ਜਦੋਂ ਕੋਲੇ ਬੈਠੂ ਕੋਈ ਬੰਦਾ ਤੇ ਉਹਦੇ ਵਾਸਤੇ ਜਾਂ ਤਾਂ ਦਵਾਈ ਦੇ ਦਿੰਦੇ ਐ ਕਬਜ਼ੇ ਲਿਹਾਉਣ ਵਾਸਤੇ ਉਹਦੇ ਨਾਲ ਫਿਰ ਦਵਾਈ ਨਾਲ ਮਾੜੇ ਅਸਰ ਹੁੰਦੇ ਐ ਕਈ ਵਾਰੀ ਕਬਜ਼ੇ ਇੰਨੀ ਸਖਤ ਹੁੰਦੀ ਹੈ ਕਿ ਬੰਦਾ ਜ਼ੋਰ ਲਾ ਕੇ ਟੱਟੀ ਕੱਢਦਾ ਗੁੱਦਾ ਹੀ ਬਾਹਰ ਆ ਜਾਂਦਾ ਸੀ ਕਹਿਣਾ ਵੀ ਇਹਦਾ ਤਵਾਰ ਹੋ ਗਿਆ ਬਵਾਸੀਰ ਪਕੰਦਰ ਹੋ ਗਈ ਯਾਨੀ ਅਨੇਕਾਂ ਬਿਮਾਰੀਆਂ ਕਬਜ਼ ਦੀਆਂ ਕਹਿਣ ਦਾ ਮਤਲਬ ਹੈ ਵੀ ਜਿਹੜੀ ਆਪਾਂ ਚੀਜ਼ ਖਾਂਦੇ ਆ ਰੱਬ ਇਹਦੇ ਚ ਚੰਗੀ ਚੀਜ਼ ਕੱਢ ਕੇ ਲਹੂ 'ਚ ਭੇਜਿੰਦਾ ਤੇ ਮਾੜੀ ਨੂੰ ਟੱਟੀ ਦੇ ਰਾਹ ਬਾਹਰ ਕੱਢਿੰਦਾ ਜਿਹੜੀ ਕਿ ਰੋਜ਼ ਹਰ ਬੰਦੇ ਨੂੰ ਆਉਣੀ ਚਾਹੀਦੀ ਹੈ ਘੱਟੋ ਘਾਟ ਇੱਕ ਵਾਰ ਆਵੇ ਤੇ ਨਹੀਂ 3-4 ਵਾਰ ਤਾਂ ਜ਼ਰੂਰ ਆਉਣੀ ਚਾਹੀਦੀ ਹੈ ਤੇ ਇਸ ਕਰਕੇ ਇਹ ਤਾਂ ਜਿੰਨਾ ਹੋ ਸਕੇ ਬਚਣਾ ਹੁੰਦਾ ਹੈ ਬਿਮਾਰੀਆਂ ਸਾਨੂੰ ਮੈਂ ਦੱਸੀ ਚਾਈ ਬਾਬਾ ਸੀਰੇ ਦੇ ਨਾਲ ਹੁੰਦੀ ਹੈ ਪਗੰਦਰ ਦੇ ਨਾਲ ਹੁੰਦੀ ਹੈ ਕੈਂਸਰ ਇਹ ਦੇ ਨਾਲ ਹੁੰਦਾ ਹੈ ਗਤੂਦ ਇਹ ਦੇ ਨਾਲ ਵੱਧਿਆ ਪਥਰੀ ਰਸੌਲੀਆਂ ਪਰ ਜੇ ਹੁਣ ਇਹ ਤਾਂ ਹੋ ਗਈਆਂ ਕਿ ਬਿਮਾਰੀਆਂ ਹੁਣ ਇਹ ਤਾਂ ਹੱਲ ਕੀ ਹੈ ਕੋਈ ਕਿਹੜੀ ਚੀਜ਼ ਦਾ ਉਹ ਤਾਂ ਹੁਣ ਸਾਰਿਆਂ ਦੇ ਲੋਕਾਂ ਦੇ ਜ਼ੁਬਾਨ ਤੇ ਵੀ ਰਟ ਗਿਆ ਵੀ ਪੰਜ ਖਾਓ ਤੇ ਪੰਜ ਛੱਡੋ ਚਲੋ ਪਹਿਲਾ ਇਲਾਜ ਤਾਂ ਪੱਕਾ ਨੂੰ ਤੂੰ ਖੋਦੀ ਡਾਕਟਰ ਬਣ ਗਿਆ ਵੀ ਪੰਜ ਚੀਜ਼ਾਂ ਨਾ ਖਾਓ ਪਈ ਜ਼ਿੰਦਗੀ ਬਾਰ ਕਬਜੀ ਨਹੀਂ ਹੋ ਹਾਂ ਠੀਕ ਨਹੀਂ ਜਿਹੜਾ ਆਪਾਂ ਬਾਰ-ਬਾਰ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਦੱਸੇ ਖੰਡ ਤੜਕਾ ਮੀਟੰਡਾ ਮੱਛੀ ਨਸ਼ੇ ਚਾਹ ਕੌਫੀਆਂ ਬੰਦ ਕਰ ਦਿਓ ਤੇ ਇਹਦਾ ਅਸਲੀ ਇਲਾਜ ਜਿਹੜਾ ਹੈ ਪੱਕਾ ਉਹ ਖਰਾਕਤੀ ਆ ਅੱਛਾ ਜੀ ਜਿਆਦਾ ਤੋਂ ਜਿਆਦਾ ਸਬਜ਼ੀ ਖਾਓ ਜਿਆਦਾ ਤੋਂ ਜਿਆਦਾ ਫਰੂਟ ਖਾਓ ਤੇ ਜਾਦਤ ਤੋਂ ਜ਼ਿਆਦਾ ਸਲਾਹ ਦਿਖਾਓ ਅੰਨ ਜਿੰਨਾ ਵੀ ਖਾਣਾ ਹੈ ਉਹਦਾ ਸਿਲਕਾ ਵਿੱਚ ਹੋਵੇ ਸੂੜਾ ਵਿੱਚ ਹੋਵੇ ਜਿਹਨੂੰ ਕਬਜ਼ੀ ਹੋ ਚੁੱਕੀ ਹੈ ਉਹ ਪਾਣੀ ਕੋਸਾ ਪੀਵੇ ਰੋਟੀ ਦੇ ਨਾਲ ਭੁੱਲ ਕੇ ਵੀ ਪਾਣੀ ਨਾ ਪੀਵੇ ਅੱਛਾ ਕੋਈ ਵੀ ਖਾਣਾ ਖਾਣਾ ਹੈ ਖਾਣਾ ਖਾਣ ਤੋਂ ਫੌਰਨ ਬਾਅਦ ਕੁਛ ਚਿਰ ਤੁਰਨਾ ਹੈ ਤੇ ਰਾਤ ਨੂੰ ਸੱਜਾ ਪਾਸਾ ਉੱਪਰ ਕਰਕੇ ਪੈਣਾ ਹੈ ਪਾਣੀ ਦੇ ਵਿੱਚ ਵਿਸ਼ੇਸ਼ ਖਿਆਲ ਰੱਖਣਾ ਹੁੰਦਾ ਜਦੋਂ ਹੀ ਪੀਣਾ ਕੋਸਾ ਪਾਣੀ ਪੀਣਾ ਹੈ ਜਿਆਦਾ ਪੀਣਾ ਪਰ ਖਿਆਲੇ ਰੱਖਣਾ ਰੋਟੀ ਤੋਂ 1/2 ਘੰਟਾ ਪਹਿਲਾਂ ਤੇ 1 ਘੰਟਾ ਬਾਅਦ ਇਹ ਤਾਂ ਹੈਗੇ ਕਾਮਨ ਚੀਜ਼ ਮੰਨ ਲਓ ਮੈਨੂੰ ਕਬਜ ਹੋ ਗਈ ਹੈ ਤੇ ਦਾ ਹੱਲ ਕਿਵੇਂ ਕਰੀਏ ਅੰਗਰੇਜ਼ੀ ਇਲਾਜ ਚ ਅਸੀਂ ਅੰਗਰੇਜ਼ੀ ਦੀਆਂ ਗੋਲੀਆਂ ਦੇਵਾਂਗੇ ਆਯੁਰਵੇਦ ਦੇ ਵਿੱਚ ਅਸੀਂ ਕੁਝ ਹੋਰ ਦੇ ਦਾਂਗੇ ਇਸ ਗੋਲੀ ਵਗੈਰਾ ਪਰ ਨਹੀਂ ਲੈਣੀ ਚਾਹੀਦੀ ਤਾਂ ਘਰੇ ਦਾ ਹੱਲ ਕੀ ਹੈ ਵੀ ਕੋਈ ਵੀ ਸਬਜ਼ੀ ਲੈ ਕੇ ਉਹਦਾ ਰਸ ਕੱਢ ਕੇ ਪੀ ਲਓ ਜਿਹੜਾ ਗੁੱਦਾ ਪਾਸੇ ਕਰਕੇ ਰੱਖ ਦੋ ਕੋਈ ਵੀ ਸਲਾਦ ਹੈ ਉਹਦਾ ਰਸ ਕੱਢ ਕੇ ਪੀ ਲਓ ਗੁੱਦਾ ਪਾਸੀ ਕਰਕੇ ਰੱਖ ਦਿਓ ਹੁਣ ਜਿਹੜਾ ਆਟਾ ਗੁੰਨਣਾ ਇਸ ਗੁੱਦੇ 'ਚ ਗੁੰਨੋ ਨਹੀਂ ਸਮਝੇ ਤੇ ਇਹਦੇ ਵਿੱਚ ਕੋਈ ਹੋਰ ਕੱਚੀ ਸਬਜ਼ੀ ਕੱਦੂਕਸ ਕਰਕੇ ਉਹ ਗੁੰਨ ਲਓ ਉਹਦੀ ਰੋਟੀ ਬਣਾਓ ਉਹ ਖਾਓ ਅਗਰ ਇਸ ਤਰ੍ਹਾਂ ਕਰੋਗੇ ਜ਼ਿੰਦਗੀ ਭਰ ਤੁਹਾਨੂੰ ਕਬਜ਼ੀ ਨਹੀਂ ਹੋਊਗੀ ਹੋ ਗਈ ਤਾਂ ਬਿਨਾਂ ਦਵਾਈ ਤੋਂ ਠੀਕ ਹੋ ਜਾਊਗੀ ਇੱਕ ਇੱਕ ਇਹ ਆ ਵੀ ਕਿਹੜੀਆਂ ਚੀਜ਼ਾਂ ਮਤਲਬ ਖਾਣ ਪੀਣ ਚ ਵੀ ਮੰਨ ਲਓ ਸਬਜ਼ੀਆਂ ਕਿਹੜੀਆਂ ਸਬਜ਼ੀਆਂ ਵੱਧ ਖਾਧੀਆਂ ਜਾਣ ਡਾਕਟਰ ਸਾਹਿਬ ਕਿਹੜੀ ਮਤਲਬ ਕੋਈ ਫਲ ਖਾਣਾ ਤਾਂ ਐਵੇਂ ਕਿਹਾ ਜਾਂਦਾ ਵੀ ਕਬਜ਼ਾ ਜਿਹੜੀ ਉਹ ਕੇਲੇ ਨਾਲ ਵੀ ਵੱਧਦੀ ਆ ਕਿਹੜਾ ਖਾਵੇ ਜੇ ਕਿਸੇ ਨੂੰ ਫਰੂਟ ਖਾਣਾ ਕੋਈ ਉਹ ਕਿਹੜਾ ਖਾਵੇ ਫਿਰ ਤੇ ਸਲਾਦ ਚ ਕੀ ਕਰੇ ਪਹਿਲੀ ਗੱਲ ਤਾਂ ਕੋਈ ਵੀ ਫਲ ਖਾਓ ਕੋਈ ਕਬਜ਼ੇ ਨਹੀਂ ਕਰਦਾ ਠੀਕ ਹੈ ਉਹਦਾ ਸਿਲਕਾ ਨਾ ਤਾਰੋ ਕੇਲੇ ਦਾ ਤ ਤਾਰਨੇ ਹਾਂ ਕੇਲੇ ਦਾ ਤਾਰਨਾ ਪਰ ਕੇਲੇ ਦੇ ਛਿਲਕੇ ਦੇ ਥੱਲੇ ਜਿਹੜੀ ਉਹ ਚਿੱਟੀ ਜੀ ਗੁੱਦ ਜੀ ਹੁੰਦੀ ਹੈ ਉਹ ਵਿੱਚ ਰੱਖਣੀ ਹੁੰਦੀ ਹੈ ਠੀਕ ਹੈ ਠੀਕ ਹੈ ਦੂਸਰਾ ਜੇ ਕੇਲੇ ਨੂੰ ਹੀ ਕਬਜੇ ਦੇ ਤੌਰ ਤੇ ਖਾਣਾ ਤੇ ਜਿਆਦਾ ਮਾਤਰਾ ਚ ਖਾਓ ਅੱਛਾ ਜੇ ਟਟੀਆਂ ਰੋਕਣੀਆਂ ਕੇਲੇ ਨੂੰ ਘੱਟ ਮਾਤਰਾ ਚ ਖਾਓ ਟਟੀਆਂ ਲੱਗੀਆਂ ਹੋਣ ਜੇ ਉਹਨੂੰ ਲਿਆਉਣੀ ਹੈ ਤਾਂ ਇਹ ਜਿਆਦਾ ਮਾਤਰਾ ਚ ਖਾਓ ਅੱਛਾ ਇਹ ਬਾਤ ਇੱਕ ਜ਼ਰੂਰ ਖਿਆਲ ਹੁੰਦਾਗਾ ਤੇ ਦੂਸਰਾ ਕੇਲਾ ਜਦੋਂ ਖਾ ਲਿਆ ਇਹਨੂੰ ਜਿਆਦਾ ਖਾ ਕੇ ਫਿਰ ਪਾਣੀ ਨਹੀਂ ਪੀਣਾ ਨਾਲ ਉਤੋਂ ਦੀ ਕੋਈ ਖਰਾਕ ਨਹੀਂ ਖਾਣੀ ਤੇ ਦੂਸਰੇ ਫਿਰ ਕਿਹੜੇ ਫਲ ਆ ਜਿਹੜੇ ਇਹਦੇ ਚ ਮਦਦ ਕਰ ਸਕਦੇ ਆ ਦੇਖੋ ਫਲ ਤਾਂ ਕੋਈ ਵੀ ਐ ਸੌਖਾ ਖਵਾਓ ਪਪੀਤਾ ਖਵਾ ਦਿਓ ਨਾਰੀਅਲ ਦਾ ਖਵਾ ਦਿਓ ਜਿਹੜਾ ਜਿਹਦੇ ਵਿੱਚ ਗੁੱਦਜੀ ਹੁੰਦੀ ਹੈ ਨਾਸਪਾਤੀ ਖਵਾ ਦਿਓ ਅਮਰੂਦ ਖਾ ਲਓ ਸਭ ਤੋਂ ਜਿਆਦਾ ਸੌਖਾ ਹੈ ਅੱਛਾ ਜੀ ਉਹਦੇ ਵੀ ਵਿੱਚ ਹੀ ਜਾਣ ਉਦੋਂ ਸਬਜ਼ੀ ਦੇ ਵਿੱਚ ਕੱਦੂ ਪੇਠਾ ਇਹ ਜਾਦੇ ਖਵਾਓ ਕੱਚਾ ਅੱਛਾ ਜੀ ਇੱਕ ਮੈਂ ਕਿਤੇ ਇਹ ਜਿਵੇਂ ਤੁਸੀਂ ਸਹਾਬਜਾ ਲਾਇਆ ਵੀ ਆਟਾ ਜਦੋਂ ਕਰਨਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਉਹਨੂੰ ਛਾਂਲ ਲੈਣੇ ਆ ਉਹ ਸੂੜਾ ਇਹ ਕੱਢ ਦਿੰਨੇ ਆ ਤੇ ਫਲ ਖਾਣਾ ਤਾਂ ਉਹਨੂੰ ਪਹਿਲਾਂ ਉਹਦਾ ਛਿਲਕਾ ਉਾਲ ਲੈਣੇ ਆ ਇਹ ਵੀ ਸਮੱਸਿਆ ਦੀ ਕੋਈ ਜੜਾ ਇਹ ਵੀ ਵਧਾਉਂਦਾ ਹੀ ਆ ਚੀਜ਼ਾਂ ਦੇਖੋ ਕੋਈ ਵੀ ਫਲ ਫਰੂਟ ਹੈ ਇਹਨੂੰ ਘੱਟੋ ਘੱਟ ਉਬਲਦੇ ਪਾਣੀ ਲੈ ਕੇ ਉਹ ਚ ਨੂਨ ਪਾ ਲਓ 10 ਗ੍ਰਾਮ ਤੇ ਉਹਦੇ ਵਿੱਚ ਉਸ ਨੂੰ ਅੱਧਾ ਘੰਟਾ ਸਿੱਟੀ ਰੱਖੋ ਤਾਂ ਕਿ ਜਿੰਨੇ ਵੀ ਕੋਈ ਸਬਜ਼ੀ ਸਲਾਦ ਫਰੂਟਾਂ ਤੇ ਦਵਾਈ ਸਪਰੇਅ ਕੀਤੀ ਹੋਈ ਹੈ ਟੀਕੇ ਲੱਗੇ ਹੋਏ ਉਹ ਧੋਤੇ ਜਾਣ ਅੱਛਾ ਜੀ ਉਦੋਂ ਬਾਅਦ ਇਹਨਾਂ ਨੂੰ ਗ੍ਰाइंड ਕਰਕੇ ਚਟਣੀ ਜੀ ਬਣ ਜੂ ਉਹ ਖਾ ਲਓ ਤਾਂ ਕਿ ਸਿਲਕਾ ਵੀ ਵਿੱਚ ਹੀ ਰਹੇ ਪਰ ਜੇ ਬਹੁਤ ਮਜਬੂਰੀਆ ਸਿਲਕਾ ਲਾਉਣਾ ਹੈ ਤਾਂ ਸਿਲਕਾ ਲਾ ਲਓ ਤੇ ਜਿਹੜਾ ਜਿਹੜਾ ਮਟੀਰੀਅਲ ਹੈ ਉਹ ਜਿਆਦਾ ਤੋਂ ਜਿਆਦਾ ਖਾਓ ਇਦੇ ਨਾਲ ਸੋਨੋ ਕਬਜ ਨਹੀਂ ਹੋਊਗੀ ਹਰ ਛਿਲਕਾ ਲਾਉਣਾ ਤਾਂ ਕੀ ਮਜਬੂਰੀ ਹੈ ਜੀ ਇਹ ਤਾਂ ਕਿਸੇ ਦੀ ਮੈਨੂੰ ਲੱਗਦਾ ਵੀ ਵੈਸੀ ਵੀ ਮਨ ਚ ਕਿਸੇ ਦੇ ਵਹਿਮ ਭਾਵੇਂ ਬੜਿਆ ਹੋਵੇ ਨਹੀਂ ਇਹ ਵਹਿਮ ਬੜਿਆ ਹੁੰਦਾ ਹੈ ਵੀ ਛਿਲਕੇ ਤੇ ਦਵਾਈਆਂ ਛੜਕੀਆਂ ਵੀ ਹੈ ਛਿਲਕਾ ਹজম ਨਹੀਂ ਹੋਣਾ ਇਹ ਹজম ਨਹੀਂ ਹੋਣਾ ਜਿਹੜੇ ਛਿਲਕੇ ਹੁੰਦੇ ਆ ਇਹ ਨਾ ਹজম ਹੋਣ ਵਾਸਤੇ ਰੱਬ ਨੇ ਬਣਾਏ ਆ ਅੱਛਾ ਇਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਹੁੰਦਾ ਉਹ ਤਾਂ ਸਾਰਾ ਲਹੂ ਚ ਰਚ ਜਾਂਦਾ ਇਹ ਫਾਈਬਰ ਹੁੰਦੇ ਆ ਇਹ ਪੇਟ ਦੀਆਂ ਨਾਲਾਂ ਚ ਇੱਕਠੇ ਹੋ ਜਾਂਦੇ ਆ ਇਹ ਫਰੰਦਰ ਫੁੱਲ ਜਾਂਦੇ ਆ ਤਾਂ ਕਿ ਇਸ ਗੰਦਗੀ ਨਾਲ ਪੇਟ ਸਾਫ਼ ਹੁੰਦਾ ਰਹੇ ਤੇ ਆਟੇ ਦੇ ਸੂੜੇ ਦਾ ਵੀ ਸੇਮ ਸਿਸਟਮ ਹੈ ਆਟੇ ਦਾ ਸੂੜਾ ਹੋਰ ਵੀ ਜ਼ਿਆਦਾ ਫਾਇਦਾ ਇੱਕ ਤਾਂ ਆਟੇ ਦੇ ਸੂੜੇ 'ਚ 53% ਸ਼ਕਤੀ ਹੁੰਦੀ ਹੈ ਉਹ ਸ਼ਕਤੀ ਤਾਂ ਪਰ ਸਿੱਟਦੇ ਨੇ ਜਿੰਨਾ ਆਪਾਂ ਬਿਨਾ ਆਟਾ ਸੂੜੇ ਤੋਂ ਖਾਵਾਂਗੇ ਉਹਨੇ ਕਬਜ ਜ਼ਿਆਦਾ ਹੋ ਆਪਣੀਆਂ ਪੇਟ ਦੀਆਂ ਨਾਲਾਂ ਜੁੜ ਜਾਂਦੀਆਂ ਤੇ ਕਬਜ਼ੀ ਹੁੰਦੇ ਆਪਾਂ ਬਲਕਿ ਇੱਜ਼ਤ ਨਾਲ ਖਰੀਦਦੇ ਆ ਬਿਨਾ ਸੂੜੇ ਵਾਲਾ ਇਹ ਚਿੱਟਾ ਜੀ ਚਪਕੀਲਾ ਜੀ ਮਲਾਇਮ ਹੈ ਜੀ ਤਾਕਤ ਆ ਸਾਰੀ ਸੂੜੇ ਚ ਹੁੰਦੀ ਐ ਤੇ ਸੂੜੇ ਫਿਰ ਫਾਈਬਰ ਦਾ ਹੁੰਦਾ ਸੂੜੇ ਜਿਹੜੇ ਅਸਲੀ ਤੱਤ ਆ ਉਹ ਤਾਂ ਲਹੂ ਚ ਰਲ ਜਾਂਦੇ ਆ ਸੂੜਾ ਉੱਥੇ ਪਿਆ ਰਹਿੰਦਾ ਉਹ ਪੇਟ ਦੀਆਂ ਨਾੜਾਂ ਨੂੰ ਜੁੜਨ ਨਹੀਂ ਦਿੰਦਾ ਤੇ ਇਹਦੇ ਚ ਪਾਣੀ ਦਾ ਵੀ ਕੋਈ ਰੋਲ ਐ ਜੀ ਪਾਣੀ ਕਿੰਨਾ ਕੁ ਪੀਣਾ ਚਾਹੀਦਾ ਮਤਲਬ ਦੇਖੋ ਪਾਣੀ ਤਾਂ ਵੱਧ ਤੋਂ ਵੱਧ ਪੀਣਾ ਹੁੰਦਾ ਪਾਣੀ ਦਾ ਇੱਕੋ ਹੀ ਖਿਆਲ ਰੱਖਣਾ ਵੀ ਰੋਟੀ ਦੇ ਨਾਲ ਇੱਕ ਬੂੰਦ ਵੀ ਪਾਣੀ ਦੀ ਨਹੀਂ ਪੀਣੀ ਕਿੰਨੇ ਟਾਈਮ ਬਾਅਦ ਪੀਵੇ ਜੀ ਬੰਦਾ ਇੱਕ ਘੰਟੇ ਬਾਅਦ ਪਾਣੀ ਪੀਵੋ ਕੋਸਾ ਪੀਵੋ ਉਦੋਂ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀਵੋ ਤੇ ਆਪ ਦਾ ਚੱਲਦੇ ਕੰਮ ਉਲਟਾ ਹੈ ਪਹਿਲੀ ਗੱਲ ਤਾਂ ਠੰਡਾ ਪੀਵਾਂਗੇ ਫਿਰ ਇੱਕ ਘੁੱਟ ਪਾਣੀ ਦੀ ਭਰੀ ਨਾਲ ਦੀਆਂ ਰੋਟੀ ਖਾ ਲਈ ਤੇ ਜਿਹੜੀ ਚੀਜ਼ ਨੇ ਹজম ਕਰਨਾ ਥੁੱਕ ਨੇ ਹজম ਕਰਨਾ ਹੈਗਾ ਰੋਟੀ ਨੂੰ ਤੇ ਥੁੱਕ ਤਾਂ ਪਹਿਲਾਂ ਹੀ ਪਾਣੀ ਚ ਪਤਲਾ ਹੋ ਗਿਆ ਫਿਰ ਜਿਹੜੀ ਚੀਜ਼ ਖਾਣੇ ਉਹਨੂੰ ਹਾজম ਕਰਨ ਵਾਸਤੇ ਮਿੱਢੀ ਚ ਗਰਮੀ ਦੀ ਲੋੜ ਹੈ ਤੇ ਗਰਮੀ ਤਪ ਹੋਣ ਦੇ ਨਾਲ ਨੂੰ ਘੁੱਟ ਪਾਣੀ ਪਰ ਲਿਆ ਤੋ ਸਾਰਾ ਬਾਹਜਮਾ ਉੱਥੇ ਪਿਆ ਰਹਿੰਦਾ ਏ ਉਹਦੀ ਗੰਦਗੀ ਇਕੱਠੀ ਹੋਈ ਜਾਂਦੀ ਏ ਨਾ ਉਹ ਬਾਹਰ ਨਿਕਲਣ ਜੋਗੀ ਨਾ ਅੰਦਰ ਉਹਦੇ ਨਾਲ ਗੈਸ ਵੀ ਬਣਦੀ ਏ ਤਾਂ ਸਿੰਪਲ ਟੰਗਾ ਤੁਹਾਡਾ ਪਾਣੀ ਦਾ ਵੀ ਜਦੋਂ ਪੀਣਾ ਏ ਕੋਸਾ ਪੀਣਾ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਪੀਵੋ ਤੇ ਜਾਂ ਇੱਕ ਘੰਟਾ ਬਾਅਦ ਪੀਵੋ ਬਾਕੀ ਰੋਟੀ ਖਾ ਕੇ ਸੱਜਾ ਹੱਥ ਹੈ ਇਹਨੂੰ ਢਿੱਡ ਦੇ ਉੱਤੇ ਐ ਕਲੌਕਵਾਈਜ਼ ਜਿਹੜੇ ਦੇ ਲੋ ਅੱਛਾ ਜੀ 27 ਵਾਰ ਦੇੜੇ ਘੜੇ ਦੇ ਲੋ ਸੋ ਜਿਹੜੀਆਂ ਨਾਲ ਜਿਹੜੀਆਂ ਸੁੱਤੀਆਂ ਪਈਆਂ ਨਾਲ ਨਿਲ ਘੁਕਣ ਲੱਗ ਜਾਣੀਆਂ ਜਿੰਨੀ ਗੰਦਗੀ ਉੱਪਰ ਇਕੱਠੀ ਹੋਏ ਸਭ ਥੱਲੇ ਜਾਊ ਤੇ ਥੱਲੇੋਂ ਬਾਹਰ ਨਿਕਲ ਜੂਗੀ ਰੋਟੀ ਖਾਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜੀ ਸੋ ਆਪਾਂ ਵੀ ਜਦੋਂ ਕੋਈ ਚੀਜ਼ ਖਾ ਲਈਏ ਤਾਂ ਕੁਦਰਤੀ ਢ ਘਾਰ ਆਉਂਦਾ ਕਿ ਨਹੀਂ ਤੇ ਉਦੋਂ ਆਪਾਂ ਵੀ ਔਖੇ ਹੋ ਕੇ ਖੜੇ ਹੋ ਕੀ ਕੀ ਕਰਦੇ ਹੁੰਨੇ ਹੱਥ ਫੇਰਦੇ ਆਏ ਉਹ ਕੁਦਰਤ ਦੇ ਮਾਲਕ ਪਾਗਲਾ ਤੂੰ ਰੋਜ਼ ਉਹੀ ਹੱਥ ਫੇਰ ਲਗਾ ਆ ਪਿੰਡਾਂ ਚ ਐ ਵੀ ਕਹਿੰਦੇ ਹੁੰਦੇ ਆ ਵੀ ਇੱਥੇ ਤਾਂ ਵਿਆਹ ਤੇ ਜਾਂ ਕਿਸੇ ਪ੍ਰੋਗਰਾਮ ਤੇ ਜਿੰਨਾ ਮਰਜੀ ਪਿੰਡ ਵਾਲਿਆਂ ਨੂੰ ਖਵਾ ਦਿਓ ਇਹਨਾਂ ਨੇ ਤਾਂ ਢਿੱਡ ਤੇ ਹੱਥ ਫੇਰ ਕੇ ਤੁਰ ਜਾਣਾ ਤੇ ਉਹ ਕੁਦਰਤ ਦਾ ਸੂਲ ਹੈ ਇਸ ਕਰਕੇ ਭਾਈ ਹਰ ਰੋਜ਼ ਆਪਦੇ ਢਿੱਡ ਦੀ ਇਸ ਤਰੀਕਾ ਪ੍ਰੈਕਟਿਸ ਕਰ ਲਓ ਸਾਰੀਆਂ ਪੇਟ ਦੀਆਂ ਨਾਲਾਂ ਤੇ ਕਬਜ਼ੇ ਰਹਿੰਦੀ ਤੱਕ ਨਹੀਂ ਇਹ ਵੇਲੇ ਸੋ ਹੁਣ ਮੈਂ ਪਤਾ ਕਿਉਂ ਇਧਰ ਨੂੰ ਖਿੱਚੀ ਜਾਂਦਾ ਵੀ ਕਿਉਂਕਿ ਮੈਂ ਜਦੋਂ ਇਧਰ ਨੂੰ ਦੇਣਾ ਗੇੜੇ ਨਾਲ ਤਣਾ ਸੂਰਜਾ ਉਹ ਭਾਈ ਸਾਡੇ ਜਮਈ ਹੱਥ ਵਸ ਨਹੀਂ ਹੈਗਾ ਉਹ ਛਿਪ ਗਿਆ ਤੇ ਰੋਸ਼ਨੀ ਡਿੱਗ ਰਹੀ ਆ ਕੈਮਰੇ ਦਾ ਆਈਐਸਓ ਚੱਕਣਾ ਪੈ ਰਿਹਾ ਤਾਂ ਅੱਜ ਦੇ ਪ੍ਰੋਗਰਾਮ ਚ ਬਹੁਤ ਅਸੀਂ ਘੱਟ ਜਾਣਕਾਰੀ ਤੁਹਾਨੂੰ ਦੇ ਸਕੇ ਪਰ ਸਮੇਂ ਦੀ ਥੋੜੀ ਘਾਟ ਸੀ ਇਹ ਪ੍ਰੋਗਰਾਮ ਵੈਸੇ ਟੌਪਿਕ ਬਹੁਤ ਵੱਡਾ ਤੇ ਲੰਬਾ ਤੇ ਬਹੁਤ ਲੋਕਾਂ ਨਾਲ ਜੁੜਿਆ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਦਾ ਹਿੱਸਾ ਬਣਨ ਦੇ ਲਈ